ਡਰੱਗ ਦੇ ਮਾਮਲੇ ਵਿੱਚ ਕਪੂਥਲਾ ਜੇਲ੍ਹ ਵਿੱਚ ਬੰਦ ਨਾਮੀ ਪਹਿਲਵਾਨ ਅਤੇ ਸਾਫ ਕਾ ਡੀਐਸਪੀ ਜਗਦੀਸ਼ ਪੋਰਾ ਦੀ ਮਾਤਾ ਦਾ ਦਿਹਾਂਤ ਹੋਇਆ ਹੈ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਲਈ ਕਪੂਥਲਾ ਤੋਂ ਪਿੰਡ ਰਾਇਕੇ ਕਲਾ ਲੈ ਜਾਂਦੇ ਗਏ ਦੱਸਦੀ ਹੈ ਕਿ ਡਰੱਗ ਮਾਮਲੇ ਵਿੱਚ ਕਪੂਥਲਾ ਜੇਲ੍ਹ ਵਿੱਚ ਬੰਦ ਨਾਮੀ ਪਹਿਲਵਾਨ ਅਤੇ ਸਾਫ ਕਾ ਡੀਐਸਪੀ ਪੋਰਾ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ ਜਿਸ ਦਾ ਕਿ ਅੱਜ ਉਹਨਾਂ ਦਾ ਜੱਦੀ ਪਿੰਡ ਰਾਇਕੇ ਕਲਾ ਵਿਖੇ ਅੰਤਮ ਸੰਸਕਾਰ ਕੀਤਾ ਗਿਆ ਮਾਤਾ ਦੀਆਂ ਅੰਤਮ ਰਸਮਾਂ ਪੂਰੀਆਂ ਕਰਨ ਦੇ ਲਈ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਭਾਰੀ ਪੁਲਿਸ ਫੋਰਸ ਨਾਲ ਲਿਆਂਦਾ ਗਿਆ ਹੈ ਜਿੱਥੇ ਕਿ ਜਗਦੀਸ਼ ਪੋਲਾ ਨੇ ਆਪਣੀ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ। ਉੱਥੇ ਪਿੰਡ ਵਾਸੀਆਂ ਨੇ ਜਗਦੀਸ਼ ਪੋਲਾ ਨੂੰ ਆਪਣੇ ਮਾਤਾ ਦੀਆਂ ਅੰਤਿਮ ਰਸਮਾਂ ਵਿੱਚ ਭੇਜਣ ਦੇ ਲਈ ਮਾਨਯੋਗ ਅਦਾਲਤ ਦਾ ਧੰਨਵਾਦ ਕੀਤਾ ਹੈ। ਸ਼ਮਸ਼ਾਨ ਘਾਟ ਜਿੱਥੇ ਆਪਾਂ ਖਲੋਤੇ ਹਾਂ ਇੱਥੇ ਸਾਡੇ ਵਿਸ਼ਵ ਦੇ ਪ੍ਰਸਿੱਧ ਕੋਹਾਟੀਏ ਜਗਦੀਸ਼ ਪੋਲਾ ਜੀ ਜਿਨ੍ਹਾਂ ਨੇ ਅਰਜਨ ਵਾਰਡ ਵੀ ਦਿੱਤਿਆ ਹੋਇਆ ਹੈ ਉਹਨਾਂ ਦੀ ਮਾਤਾ ਸਰਦਾਰਨੀ ਬਲਤੇਜ ਕੌਰ ਦਾ ਅੰਤਮ ਸੰਸਕਾਰ ਹੋਇ ਜੋ ਕੱਲ੍ਹ ਕਾਲਤਲਾਣਾ ਕਰਗੇ ਸੀ ਤੇ ਉਹਦੇ ਵਾਸਤੇ ਅਸੀਂ ਮਾਨਯੋਗ ਅਦਾਲਤ ਕੋਲ ਪਹੁੰਚ ਕੀਤੀ ਸੀ। ਕਿ ਜਗਦੀਸ਼ ਭੁੱਲ ਆਪਣੇ ਹੱਥੀ ਆਪਣੇ ਮਾਤਾ ਦੀਆਂ ਰਸਮਾਂ ਕਰ ਸਕੇ ਕਿਉਂਕਿ ਉਹ ਇਕਲੌਤਾ ਬੇਟਾ ਸੀ ਉਹਨਾਂ ਦਾ ਇਸ ਕਰਕੇ ਅਸੀਂ ਅੱਜ ਜੇ ਇੱਥੇ ਆਉਣ ਤੇ ਅਦਾਲਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਅੰਤਮ ਰਸਮਾਂ ਕਰਨ ਲਈ ਸਾਨੂੰ ਮੌਕਾ ਦਿੱਤਾ ਤੇ ਨਾਲ ਹੀ ਮੈਂ ਇਹ ਬੇਨਤੀ ਅਦਾਲਤ ਨੂੰ ਦੁਬਾਰਾ ਵੀ ਕਰੂੰਗਾ ਤੇ ਉਹਨਾਂ ਦਾ ਧੰਨਵਾਦ ਵੀ ਕਰੂੰਗਾ ਕਿ ਜੋ ਵੀ ਅਦਾਲਤ ਉਸ ਪਤ ਉਸ ਬਦਲੇ ਬਾਉਂਡ ਚਾਹੇਗੀ ਅਸੀਂ ਸਾਰਾ ਨਗਰ ਪਰਣ ਨੂੰ ਤਿਆਰ ਆਂ ਤਾਂ ਕਿ ਭੋਗ ਤੱਕ ਪ੍ਰੋਲ ਮਿਲ ਸਕੇ ਰਹਿੰਦੀਆਂ ਰਸਮਾਂ ਨੂੰ ਜਗਦੀਸ਼ ਭੋਲਾ ਆਪਣੇ ਹੱਥੀਂ ਆਪਣੇ ਪਰਿਵਾਰ ਨਾਲ ਰਲ ਕੇ ਪੂਰੀਆਂ ਕਰ ਸਕੇ ਜਿਸ ਨਾਲ ਜਿੱਥੇ ਜਗਦੀਸ਼ ਭੋਲਾ ਦੇ ਮਨ ਨੂੰ ਸੰਤੁਸ਼ਟੀ ਹੋਵੇਗੀ ਕਿ ਮੈਂ ਆਪਣੀ ਮਾਤਾ ਦੀਆਂ ਰਸਮਾਂ ਆਪਣੇ ਰਜੀਵਿਆਂ ਦੇ ਕਾਰਨ ਜਾਂ ਕਿਸੇ ਗਲਤ ਤਰੀਕੇ ਨਾਲ ਉਲਝੋਏ ਕਾਰਨ ਕਰ ਸਕਿਆ ਉੱਥੇ ਮਾਤਾ ਨੂੰ ਵੀ ਦਿਲਗਾਸੇ ਮਹਿਸੂਸ ਹੋਵੇਗਾ ਕਿ ਮੇਰੇ ਪੁੱਤਰ ਨੇ ਮੇਰੇ ਲਈ ਸਾਰਾ ਕੁਝ ਖੁਦ ਕੀਤਾ ਹਿੰਦ ਅਰਜਨ ਵਾਰਡ ਪਹਿਲਵਾਨ ਜਗਦੀਸ਼ ਸਿੰਘ ਭੋਲਾ ਜੀ ਦੀ ਮਾਤਾ ਜੀ ਦਾ ਨਿਦਨ ਹੋ ਗਿਆ ਸੀ ਤੇ ਅੱਜ ਉਹਦਾ ਤਾਂ ਉਹਨਾਂ ਦਾ ਦਾਸ ਸਸਕਾਰ ਸੀ ਅਜਮਾਨਜੋਗ ਅਦਾਲਤ ਵੱਲੋਂ ਉਹਨਾਂ ਨੂੰ ਪ੍ਰੋਲ ਮਿਲੀ ਸੀ 10 ਤੋਂ 9 ਤੋਂ 1 ਵਜੇ ਤੱਕ ਤੇ ਉਹ ਅੱਜ ਇੱਥੇ ਪਹੁੰਚੇ ਸਨ ਆਪਣੀ ਮਾਤਾ ਦੇ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਇਸ ਲਈ ਅਸੀਂ ਮਾਨਜੋਗ ਅਦਾਲਤ ਤੇ ਬਹੁਤ-ਬਹੁਤ ਧੰਨਵਾਦ ਦੀ ਹੈ ਤੇ ਅਸੀਂ ਗਾਂ ਤੋਂ ਇਹ ਵੀ ਉਮੀਦ ਕਰਦੇ ਵੀ ਉਹਨਾਂ ਨੂੰ ਭੋਗ ਤੇ ਵੀ ਪੈਰੋਲ ਦਿੱਤੀ ਜਾਵੇ ਤੇ ਅੱਜ ਉਹਨਾਂ ਨੇ ਆਪਦੇ ਮਾਤਾ ਜੀ ਦੀਆਂ ਸਾਰੀਆਂ ਜਿਹੜੀਆਂ ਕੋਈ ਰਸਮਾਂ ਸੀ ਜਿਹੜੀਆਂ ਹੁੰਦੀਆਂ ਆਪਣੀਆਂ ਉਹ ਪੂਰੀਆਂ ਕੀਤੀਆਂ ਤੇ ਅੱਜ ਉਹਨਾਂ ਦਾ ਮੌਤਾਂਤੀ ਬਸੰਸਕਾਰ ਹੋ ਗਿਆ ਹੈ ਇਹ ਪਹਿਲਵਾਨ ਜਗਦੀਸ਼ਪਾਲ ਅਰਜਨワੜ ਜੀ ਉਹਨਾਂ ਦੀ ਮਾਤਾ ਜੀ ਸੀਗੇ ਉਹਨਾਂ ਦੀ ਡੈਥ ਹੋਈ ਹੈ ਕਿੰਨੇ ਸਮੇਂ ਤੋਂ ਬਿਮਾਰ ਚੱਲੇ ਸੀ ਸਰ ਜੀ 5-6 ਸਾਲ ਤੋਂ ਬਿਮਾਰ ਚੱਲੇ ਸੀਗੇ ਜ਼ਿਆਦਾਤਰ ਮੈਨੂੰ ਪੈਰਾਲਾਈਜ਼ ਹੋ ਗਿਆ ਸੀ ਸਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ